ਤੁਸੀਂ ਰੱਸੀ ਤੇ ਚੱਲਣ ਵਾਲੀ ਸੁੰਦਰ ਬੈਲੇਰੀਨਾ ਬਣਾਉਣੀ ਚਾਹੁੰਦੇ ਹੋ? ਇਸ ਲਈ ਸਮੱਗਰੀ: ਸਖਤ ਗੱਤੇ ਦੀ ਬੈਲੇਰੀਨਾ ਗੁੱਡੀ, ਗੱਤੇ ਦੀ ਆਰਕ, ਸਟੈਂਡ ਸਮੇਤ ਧਾਗਾ, ਕੈਂਚੀ, ਚੁੰਬਕ, ਸਟੈਪਲਰ। ਇੱਕ ਲੱਕੜੀ ਦੇ ਗੁਟਕੇ ਤੇ ਦੋ ਸਾਈਕਲ ਦੀਆਂ ਤਾਰਾਂ ਖੜੀਆਂ ਕਰੋ ਅਤੇ ਇੱਕ ਧਾਗਾ ਬੰਨ ਦਿਓ। ਸਖਤ ਗੱਤੇ ਦੀ ਬਣੀ ਗੁੱਡੀ ਦੇ ਪੈਰਾਂ ਤੇ 20 ਆਕਾਰ ਦੇ ਕੱਟ ਲਗਾਓ। ਸਖਤ ਗੱਤੇ ਦੀ ਇੱਕ ਆਰਕ ਬਣਾਓ। ਗੁੱਡੀ ਨੂੰ ਗੱਤੇ ਦੀ ਆਰਕ ਦੇ ਮੱਧ ਵਿੱਚ ਸਟੈਪਲਰ ਨਾਲ ਜੋੜ ਦਿਓ। ਗੁੱਡੀ ਦੀਆਂ ਲੱਤਾਂ ਨੂੰ ਥੋੜਾ ਦੂਰ ਦੂਰ ਕਰ ਦਿਓ। ਆਰਕ ਦੇ ਦੋਨੋਂ ਕਿਨਾਰਿਆਂ ਤੇ ਦੋ ਚੁੰਬਕ ਆਪਸ ਵਿੱਚ ਉੱਤਰ ਦੱਖਣ ਧਰੁਵ ਤੋਂ ਚਿਪਕਾ ਦਿਓ। ਤੁਸੀਂ ਚੁੰਬਕਾਂ ਨੂੰ ਉੱਪਰ ਹੇਠਾਂ ਕਰਕੇ ਸੰਤੁਲਨ ਕਰ ਸਕਦੇ ਹੋ। ਹੁਣ ਗੁੱਡੀ ਦੇ ਪੈਰਾਂ ਨੂੰ ਸਟੈਂਡ ਨਾਲ ਬੰਨੇ ਧਾਗੇ ਉੱਪਰ ਖੜਾ ਕਰ ਦਿਓ। ਆਰਕ ਨੂੰ ਹਿਲਾਉਣ ਤੇ ਗੁੱਡੀ ਧਾਗੇ ਉੱਪਰ ਨੱਚਣ ਲੱਗਦੀ ਹੈ। ਤੁਸੀਂ ਵੇਖੋਗੇ ਕਿ ਗੁੱਡੀ ਕਿੱਡੇ ਵਧੀਆ ਢੰਗ ਨਾਲ